ਵਾਪਸ ਭੇਜ ਦਿੱਤਾ ਹੈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ, ਕਿਉਂਕਿ ਬੜੀ ਵੱਡੀ ਹਵੇਲੀ ਬਣਾਈ ਸੀ ਸਾਡੇ ਵੀਰ ਨੇ, ਸੁੰਨ ਸਰਾਂ ਸੀ, ਅੱਜ ਉਹ ਹਵੇਲੀ ਬਾਗੋ ਬਾਗ ਹੋਈ ਹੈ। ਚਮਕੀਲਾ ਸਾਹਿਬ ਦਾ ਚਿਰਾਗ ਵੀ ਬੈਠਾ ਹੋਏ ਉਹਨੇ ਦਰਸ਼ਨ ਕਰਾ ਕੇ ਹਟੇ ਹੈ ਤੇ ਬਾਬਾ ਜੀ ਇਹਨਾਂ ਨੂੰ ਤਰੱਕੀਆਂ ਬਖਸ਼ਣ, ਲੰਮੀ ਆਉਣ ਰੱਖਣ ਤੋਂ ਬਾਅਦ ਹਾਜ਼ਰ ਹੈ ਦੁਗਾਣਿਆਂ ਨਾਲ। ਕਿਹੜਾ ਗੀਤ ਲਾਈਏ ਜੀ ਸਭ ਤੋਂ ਪਹਿਲਾਂ? 300 ਤੋਂ ਲੱਗੂਗੀ ਜਿੱਦਣ ਜੱਟ ਬਾਹਰ ਆ ਗਿਆ। ਮੈਂ ਵੀ ਸਾਹਿਬ ਉੱਥੇ ਵੀ ਬਹੁਤ ਸੁਣਦੇ ਐਨ ਆਰ ਆਈ ਭਰਾ ਵੀ ਜਿੰਨੇ ਨੇ ਸਭ ਤੋਂ ਪਹਿਲਾਂ ਕਹਿਣਗੇ 302 ਲਾ ਜਾਓ। ਚਲੋ ਹਾਜ਼ਰ ਹੈ। ਗੱਲ ਸੁਪਨੇ ਦੀ ਹੈ, ਕਲੀਆਂ ਦੇ ਬਾਦਸ਼ਾਹ ਉਸਤਾਦ ਗਾਇਕ ਸਵਰਗਿਆ ਕੁਲਦੀਪ ਮਾਣਕ ਜੀਆਂ ਨੇ ਇੱਕ ਸ਼ੇਰ ਗਾਇਆ ਹੈ, ਸੁਪਨਿਆਂ ਤੂੰ ਸੁਲਤਾਨ ਹੈ ਉੱਤੋਂ ਤੇਰੀ ਜਾਤ, ਸਾਰੇ ਬਰਸਾਂ ਦੇ ਵਿਛੜੇ ਨੂੰ ਆਣ ਮਿਲਾ ਲੈ ਰਾਤ। ਸੁਪਨਾ ਮਟਿਆਰ ਨੂੰ ਆਉਂਦਾ ਹੈ, ਜੋ ਕੁਛ ਦੇਖਦੀ ਹੈ ਮਹਿਸੂਸ ਕਰਦੀ ਹੈ, ਪਿਆਰ ਕਰਨ ਵਾਲੇ ਗੱਭਰੂ ਨੂੰ ਸੁਚੇਤ ਕਰਦੀ ਹੈ ਕੀ ਕਹਿੰਦੀ ਹੈ ਮਟਿਆਰ, ਤੇ ਗੱਭਰੂ ਹੌਸਲਾ ਦਿੰਦਾ ਹੈ ਉਹ ਕੀ ਕਹਿੰਦੇ। ਅੱਗੇ ਜੀ ਬਾਬੂ ਜੀ ਰਣਜੀਤ ਮਣੀ ਜੀ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਸਾਡਾ ਵੀਰ ਹੈ ਇਹ ਕੱਟੇ ਵਾਲਾ ਕਾਲਜ ਚੋਂ ਨਾ, ਅੱਜ ਵੀ ਸਾਡਾ ਵੀਰ ਬੁਲੰਦੀਆਂ ਨੂੰ ਛੂਵੇ। ਹਲੋ ਹਾਜ਼ਰ ਹੈ। 302 ਲੱਗੂਗੀ। ਹਾਂ ਬੇਟਾ ਜੀ ਬਾਹਰ ਆ ਗਿਆ ਤੈਨੂੰ।
ਲੱਗੂਗੀ ਜਿੱਦਣ ਜੱਟ ਬਾਹਰ ਆ ਗਿਆ, ਤਿੰਨ ਸੌ ਦੋ ਲੱਗੂਗੀ ਜਿੱਦਣ ਜੱਟ ਬਾਹਰ ਆ ਗਿਆ। ਜ਼ਿੰਮੇਵਾਰੀਆਂ ਨਿਭਾਉਣ ਲਈ ਕਿਉਂਕਿ ਬੜੀ ਵੱਡੀ ਹਵੇਲੀ ਬਣਾਈ ਸੀ ਸਾਡੇ ਵੀਰ ਨੇ, ਸੁੰਨ ਸਰਾਂ ਸੀ, ਅੱਜ ਉਹ ਹਵੇਲੀ ਬਾਗੋ ਬਾਗ ਹੋਈ ਹੈ।
ਚਮਕੀਲਾ ਸਾਹਿਬ ਦਾ ਚਿਰਾਗ ਵੀ ਬੈਠਾ, ਉਹਨੇ ਦਰਸ਼ਨ ਕਰਾ ਕੇ ਹਟੇ ਹੈ ਤੇ ਬਾਬਾ ਜੀ ਇਹਨਾਂ ਨੂੰ ਤਰੱਕੀਆਂ ਬਖਸ਼ਣ, ਲੰਮੀ ਉਮਰ ਕਰਤਲਾ ਹਾਜ਼ਰ ਹੈ।